ਇਹ ਅੰਮ੍ਰਿਤਸਰ ਦੇ ਗੋਪਾਲ ਨਗਰ ਦਾ ਸਰਕਾਰੀ ਐਲੀਮੈਂਟਰੀ ਸਕੂਲ ਜਿੱਥੇ ਸਰਕਾਰੀ ਤੇ ਸਿੱਖਿਆ ਵਿਭਾਗ ਦੇ ਦਾਅਵਿਆਂ ਦੀ ਅਸਲ ਹਕੀਕਤ ਦੇਖਣ ਨੂੰ ਮਿਲ ਰਹੀ ਹੈ। ਆਲਮ ਇਹ ਹੈ ਕਿ ਹੱਡ ਚੀਰਵੀਂ ਸਰਦੀ ਵਿੱਚ ਮਾਸੂਮ ਬੱਚੇ ਗਰਮ ਕੱਪੜਿਆਂ ਤੋਂ ਬਿਨਾਂ ਪੜ੍ਹਾਈ ਕਰਨ ਨੂੰ ਮਜਬੂਰ ਨੇ। ਦਰਅਸਲ ਸਰਕਾਰੀ ਸਕੂਲਾਂ ਵਿੱਚ 31 ਜਨਵਰੀ ਤੱਕ ਵਿਦਿਆਰਥੀਆਂ ਨੂੰ ਗਰਮ ਕੱਪੜੇ ਮੁਹੱਈਆ ਕਰਵਾਉਣ ਲਈ ਸਰਕਾਰ ਵੱਲੋਂ ਆਦੇਸ਼ ਜਾਰੀ ਕੀਤੇ ਗਏ ਅਤੇ ਇਸ ਲਈ ਪੈਸੇ ਵੀ ਦਿੱਤੇ ਜਾ ਚੁੱਕੇ ਨੇ। ਪਰ ਆਲਮ ਇਹ ਹੈ ਕਿ ਸਕੂਲ ਸਟਾਫ ਆਪਣੀ ਜੇਬ ਵਿੱਚੋਂ ਬੱਚਿਆਂ ਨੂੰ ਗਰਮ ਕੱਪੜੇ ਲੈ ਕੇ ਦੇ ਰਿਹਾ। ਅੱਜ ਵਰਦੀ ਕਿਉਂ ਨਹੀਂ ਪਾਈ? ਵਰਦੀ ਮਿਲੀ ਨਹੀਂ। ਤੇ ਅੱਜ ਵਰਦੀ ਨਹੀਂ ਪਾਈ ਤੁਸੀਂ? ਹਜੇ ਮਿਲੀ ਨਹੀਂ। ਖਾਮੀਆਂ ਤੇ ਬਹੁਤ ਸਨ, ਪਰ ਕੁਝ ਖਾਮੀਆਂ ਅਸੀਂ ਆਪਣੇ ਲੈਵਲ ਤੇ ਦੂਰ ਕਰ ਰਹੀਆਂ, ਜਿਵੇਂ ਕਿ ਸਕੂਲ ਵਿੱਚ ਵਾਈਟ ਵਾਸ਼ ਹੋਇਆ ਬਹੁਤ ਦੇਰ ਹੋ ਗਈ ਸੀ, ਮਤਲਬ ਸਕੂਲ ਬਹੁਤ ਗੰਦਾ ਲੱਗ ਰਿਹਾ ਸੀ। ਇਹਨੂੰ ਅਸੀਂ ਆਪਣੇ ਤੌਰ ਤੇ ਜਿਵੇਂ ਕਿਵੇਂ ਅਰੇਂਜ ਕਰਕੇ ਇਹਨੂੰ ਕੁਝ ਮੈਨੇਜ ਕੀਤਾ। ਇਸ ਤੋਂ ਇਲਾਵਾ ਬੱਚਿਆਂ ਵੱਲ ਧਿਆਨ ਦੇਣ ਦੀ ਬਹੁਤ ਲੋੜ ਹੈ ਸਰਕਾਰ ਨੂੰ। ਇਹਨਾਂ ਨੂੰ ਵਰਦੀਆਂ ਸਮੇਂ ਸਿਰ ਨਹੀਂ ਮਿਲੀਆਂ ਜਿਹੜੀਆਂ ਕਿ ਮਿਲਣੀਆਂ ਚਾਹੀਦੀਆਂ ਨੇ, ਤੇ ਹੁਣ ਤੇ ਅੱਧਾ ਸੀਜ਼ਨ ਬੀਤ ਗਿਆ, ਬੱਚਿਆਂ ਦੇ ਪੇਰੈਂਟਸ ਵੀ ਪੁੱਛ ਪੁੱਛ ਕੇ ਥੱਕ ਗਏ ਨੇ, ਤੇ ਵਰਦੀ ਅਜੇ ਤੱਕ ਨਹੀਂ ਮਿਲੀ। ਸਰਕਾਰ ਨੂੰ ਚਾਹੀਦਾ ਹੈ ਕਿ ਵਰਦੀ ਜਲਦੀ ਤੋਂ ਜਲਦੀ ਦਿੱਤੀ ਜਾਵੇ ਬੱਚਿਆਂ ਨੂੰ। ਇਸੇ ਤਰ੍ਹਾਂ ਸਕੂਲ ਪ੍ਰਿੰਸੀਪਲ ਰਾਜਵੰਤ ਕੌਰ ਨੇ ਵੀ ਗਰਮ ਵਰਦੀਆਂ ਲਈ ਗ੍ਰਾਂਟ ਨਾ ਆਉਣ ਦੀ ਗੱਲ ਆਖੀ। ਉਹਨਾਂ ਕਿਹਾ ਕਿ ਹੁਣ ਤੱਕ ਉਹ 1.5 ਲੱਖ ਰੁਪਏ ਆਪਣੇ ਪੱਲਿਓਂ ਲਾ ਚੁੱਕੇ ਨੇ। ਬੱਚਿਆਂ ਦੀ ਇਸ ਵੇਲੇ ਮੇਜਰ ਕਮੀ ਆ ਉਹ ਹੈਗੀ ਹੈ ਯੂਨੀਫਾਰਮ ਦੀ, ਜਿਹੜੀ ਕਿ 2018 ਵਿੱਚ ਆਉਣੀ ਚਾਹੀਦੀ ਸੀ ਪਰ ਨਹੀਂ ਆਈ। ਹੁਣ ਇਹ 2019 ਆ ਗਿਆ ਔਰ ਅਸੀਂ ਰਿਕੁਐਸਟ ਕਰਦੇ ਹਾਂ ਕਿ ਜਿਹੜਾ ਬੱਚਿਆਂ ਨੂੰ ਜਲਦੀ ਤੋਂ ਜਲਦੀ ਯੂਨੀਫਾਰਮ ਮਿਲੇ, ਕਿਉਂਕਿ ਬੱਚਿਆਂ ਨੂੰ ਜਿਹੜੀ ਆ ਵਿੰਟਰ ਦੀ ਵੀ ਯੂਨੀਫਾਰਮ ਪਲੱਸ ਹੁੰਦੀ ਹੈ ਔਰ ਬੱਚੇ ਜਿਹੜੇ ਆ ਯੂਨੀਫਾਰਮ ਤੋਂ ਇਸ ਵੇਲੇ ਹੈ ਨਹੀਂ ਉਹਨਾਂ ਕੋਲ, ਬੱਚੇ ਬਿਮਾਰ ਵੀ ਹੋ ਸਕਦੇ ਆ। ਆਈ ਨਹੀਂ 5-6 ਸਾਲ ਤੋਂ ਕੋਈ ਗ੍ਰਾਂਟ ਨਹੀਂ ਆਈ, ਅੱਗੇ ਨਹੀਂ ਤੇ ਮੇਨਟੇਨੈਂਸ ਦੀ ਗ੍ਰਾਂਟ ਆਉਂਦੀ ਸੀ ਕੋਈ। ਦੱਸ ਦਈਏ ਕਿ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਗਰਮ ਕੱਪੜੇ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ 12.8 ਲੱਖ ਵਿਦਿਆਰਥੀਆਂ ਲਈ ਕਈ ਕਰੋੜਾਂ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਅਤੇ ਪ੍ਰਤੀ ਬੱਚਾ 600 ਰੁਪਏ ਰੱਖੇ ਗਏ ਨੇ। ਅੰਮ੍ਰਿਤਸਰ ਤੋਂ ਸੁਖਚੈਨ ਸਾਗਰ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਭਵਿੱਖ ਬਣਾਉਣਾ ਚਾਹੁੰਦੇ ਹੋ? ਪਾਓ ਵਿਦੇਸ਼ ਵਿੱਚ ਪੜ੍ਹਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ, ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ। ਕਰੋ 93978 93978।